ਕਿਹਾ ਜਾਂਦਾ ਨਾ ਕਿ ਮੈਂ ਰਾਹਾਂ 'ਤੇ ਨਹੀਂ ਤੁਰਦਾ, ਮੈਂ ਤੁਰਦਾ ਹਾਂ ਤਾਂ ਰਾਹ ਬਣਦੇ, ਅਤੇ ਅਜਿਹੇ ਤੁਰਦੇ ਤੁਰਦੇ ਰਾਹ ਬਣਦੇ ਬਣਦੇ ਕੁਝ ਅਜਿਹਾ ਬਣ ਜਾਂਦਾ ਜੋ ਕਿ ਸ਼ਾਇਦ ਮਿਆਰੀ ਕੰਮ ਜਿਸਨੂੰ ਕਿਹਾ ਜਾ ਸਕਦਾ ਹੈ। ਅਜਿਹੀ ਕੋਸ਼ਿਸ਼ ਕੀਤੀ ਜਾ ਰਹੀ ਇੱਕ ਫਿਲਮ ਦੇ ਜ਼ਰੀਏ ਜਿਸ ਦੀ ਕਾਸਟ ਸਾਡੇ ਨਾਲ ਮੌਜੂਦ ਹੈ। ਫਿਲਮ ਦਾ ਨਾਂ ਹੈ ਸਾਵੀ। ਜੀ ਆਇਆਂ ਨੂੰ ਸਰ ਸਤਿ ਸ਼੍ਰੀ ਅਕਾਲ ਜੀ, ਨਮਸਕਾਰ, ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ। ਪਹਿਲੇ ਤਾਂ ਰਾਜੀਵ ਜੀ, ਤੁਸੀਂ ਫਿਲਮ ਡਾਇਰੈਕਟ ਕੀਤੀ ਹੈ, ਸਾਵੀ ਕਿੰਨਾ ਕੁ ਇੱਕ ਸੋਚ ਹੈ, ਕਿੰਨੀ ਕੁ ਇੱਕ ਸੋਚ ਹੈ, ਕਿੰਨਾ ਯਥਾਰਥ ਹੈ? ਐਕਚੁਲੀ ਯਥਾਰਥ ਜ਼ਿਆਦਾ, ਕਿਉਂਕਿ ਇਹ ਇੱਕ ਨਾਟਕ 'ਤੇ ਆਧਾਰਿਤ ਹੈ ਫਿਲਮ। ਬੇਸਿਕਲੀ ਇਹਦੇ ਵਿੱਚ ਗੱਲ ਇਹ ਕੀਤੀ ਗਈ ਹੈ ਜਿਹੜੀ ਮੈਨੂੰ ਸਮਝ ਆਈ ਕਿ ਸਾਡੇ ਸਮਾਜ 'ਚ ਔਰਤ ਨੂੰ ਉਹ ਸਥਾਨ ਨਹੀਂ ਮਿਲਦਾ ਜਿਹਦੀ ਉਹ ਹੱਕਦਾਰ ਹੈ। ਮਤਲਬ ਉਹ ਇੰਨਾ ਕੰਮ ਕਰਦੀ ਹੈ, ਇੰਨੇ ਸੈਕਰੀਫਾਈਸਿਸ ਕਰਦੀ ਹੈ, ਬਟ ਸਮ ਹਾਓ ਬਹੁਤ ਸ਼ੋਸ਼ਿਤ ਹੈ। ਜਿੱਦਾਂ ਮੈਂ ਸਮਝਦਾ ਕਿ ਸਾਡੇ ਸਮਾਜ 'ਚ ਦਲਿਤ ਸਭ ਤੋਂ ਜ਼ਿਆਦਾ ਸ਼ੋਸ਼ਿਤ ਨੇ ਅਤੇ ਔਰਤ ਉਹਨਾਂ ਤੋਂ ਵੀ ਜ਼ਿਆਦਾ ਸ਼ੋਸ਼ਿਤ ਹੈ। ਜਿਵੇਂ ਜਸਵਿੰਦਰ ਤੁਹਾਡੀ ਗੱਲ ਕੀਤੀ ਜਾਏ, ਅਜਿਹੇ ਕਿਰਦਾਰ ਤੁਸੀਂ ਪਹਿਲੇ ਵੀ ਕੀਤੇ ਨੇ ਉਹਨਾਂ ਕਿਰਦਾਰਾਂ ਨਾਲੋਂ, ਕਿਉਂਕਿ ਵੇਸ਼ ਭੂਸ਼ਾ ਜਿਹੜੀ ਉਹ ਅਲੱਗ ਹੈ, ਪਰ ਕਿੰਨਾ ਉਹ ਕਿਰਦਾਰ ਜਦੋਂ ਉਹ ਬੋਲਦਾ ਜਾਂ ਉਹ ਜਦੋਂ ਐਕਸਪ੍ਰੈਸ ਕਰਦਾ ਉਹ ਤੁਹਾਨੂੰ ਕਿੰਨਾ ਡਿਫਰੈਂਟ ਲੱਗਦਾ? ਮੇਰੇ ਲਈ ਚੈਲੰਜ ਸੀਗਾ, ਬਿਕੋਜ਼ ਜਦੋਂ ਮੈਂ ਮੇਰੀਆਂ ਜਿੰਨੀਆਂ ਫਿਲਮਾਂ ਸੀਗੀਆਂ ਉਹਦੇ 'ਚ ਫੀਮੇਲ ਬੇਸਡ ਫਿਲਮ ਜਾਂ ਕਰੈਕਟਰ ਸਟਰੋਂਗ ਸੀਗਾ, ਤਾਂ ਮੈਂ ਸਰ ਨੂੰ ਵੀ ਕਿਹਾ ਮੈਂ ਕਿ ਸਰ ਇਹ ਨੋਵੇਲ ਲੋਕ ਕਹਿਣਾ ਇੱਕੋ ਜਿੱਕੀ ਕੰਮ ਕਰੀ ਜਾ ਰਹੀ ਹੈ, ਸੇਮ ਕਰੀ ਜਾ ਰਹੀ ਹੈ। ਤਾਂ ਉਹਦੇ ਲਈ ਸਰ ਨੇ ਮੈਨੂੰ ਕਿਹਾ ਕਿ ਫਸਟ ਡੇ ਮੇਰਾ ਸ਼ੂਟ ਨਹੀਂ ਸੀ, ਮੈਨੂੰ ਯਾਦ ਹੈ, ਮੈਂ ਤਿਆਰ ਹੋ ਗਈ ਅਤੇ ਮੈਂ ਕਿਹਾ ਸਰ ਰੈਡੀ ਨਹੀਂ, ਕਹਿੰਦੇ ਤੇਰਾ ਸ਼ੂਟ ਨਹੀਂ, ਮੈਂ ਕਿਹਾ ਫਿਰ, ਕਹਿੰਦੇ ਅੱਜ ਸਾਰਾ ਦਿਨ ਗੁਜਰਾਂ ਦੇ ਨਾਲ ਰਹਿਣਾ। ਅਤੇ ਅਸ਼ੀਸ਼ ਜੀ, ਤੁਹਾਡੀ ਗੁਜਰਾਂ ਨਾਲ ਕਿਵੇਂ ਦੀ ਗੁਜ਼ਰੀ, ਸ਼ਾਮਾਂ ਸਵੇਰੇ ਕਿਹੋ ਜਿਹਾ ਮਾਹੌਲ ਰਿਹਾ? ਕਿਉਂਕਿ ਟਿਪੀਕਲ ਇੱਕ ਕਰੈਕਟਰ ਵਿੱਚ ਜੀ ਆਪਣੇ ਆਪ ਨੂੰ ਗੁਜਰ ਹੀ ਫੀਲ ਕਰਨ ਲੱਗ ਗਿਆ ਸੀ, ਕਿਉਂਕਿ ਮੈਂ ਐਕਚੁਅਲ ਗੁਜਰਾਂ ਨਾਲ ਗਿਆ, ਉਹਨਾਂ ਨਾਲ ਬੈਠਾ, ਚਾਹ ਪੀਤੀ, ਗੱਲਾਂ ਗੁੱਲਾਂ ਮਾਰਦਾ ਰਿਹਾ, ਮੋਢੇ 'ਤੇ ਹੱਥ ਫੜ ਫੜ, ਹੁੱਕਾ ਹੁੱਕਾ ਕੁਛ, ਹਾਂ ਉਹ ਜਿਹੜਾ ਉਹਨਾਂ ਦਾ ਟਿਪੀਕਲ ਹੁੱਕਾ ਪੀਂਦੇ ਆ, ਉਸ ਸੀਨ 'ਚ ਵੀ ਰੱਖਿਆ, ਉਹ ਪੀਤਾ ਅਤੇ ਉਹ ਜਦੋਂ ਉਹਨਾਂ ਦੇ ਚੁੱਲ੍ਹੇ ਕੋਲ ਬੈਠ ਕੇ ਰੋਟੀ ਵੀ ਖਾਧੀ, ਸਾਰਾ ਕੁਛ ਕੀਤਾ, ਅਤੇ ਉਹ ਇੱਕ ਫੀਲਿੰਗ ਲੈਣ ਲਈ, ਬਿਕੋਜ਼ ਬੇਸਿਕਲੀ ਕਿ ਮੈਂ ਜ਼ਿਆਦਾ ਮਤਲਬ ਮੈਂ ਕਮਰਸ਼ਲ ਫਿਲਮਾਂ ਕਰਦਾ, ਪਰ ਇਹ ਇਸ ਟੋਟਲੀ ਆਰਟ ਫਿਲਮ, ਜਾਂ ਆਰਟ ਵਿੱਚ ਤਾਂ ਸਾਰੀਆਂ ਆਰਟ ਹੁੰਦੀਆਂ ਨੇ, ਕਿਉਂਕਿ ਰਿਐਲਿਟੀ ਦੇ ਬਹੁਤ ਨਜ਼ਦੀਕ ਹੈ। ਅਤੇ ਤਜਿੰਦਰ ਭਾਅ ਜੀ, ਪੈਰਲਰ ਸਿਨੇਮਾ ਦੀ ਜੇ ਗੱਲ ਕੀਤੀ ਜਾਏ, ਇੰਨਾ ਉੱਭਰ ਨਹੀਂ ਪਾਇਆ ਕਦੀ ਪੰਜਾਬ ਦੇ ਵਿੱਚ, ਕੋਸ਼ਿਸ਼ਾਂ ਬਹੁਤ ਹੋਈਆਂ, ਤੁਸੀਂ ਟੈਲੀਵਿਜ਼ਨ ਦੇ ਜ਼ਰੀਏ ਵੀ ਕੋਸ਼ਿਸ਼ ਕਰਦੇ ਰਹੇ ਹੋ, ਅਜਿਹੇ ਜਿਹੜੇ ਕਿਰਦਾਰ ਨੇ ਉਹਨੂੰ ਸਾਹਮਣੇ ਲੈ ਕੇ ਆਉਂਦੀ, ਤੁਹਾਨੂੰ ਲੱਗਿਆ ਕੀ ਕਾਰਨ ਹੈ ਕੋਸ਼ਿਸ਼ ਜਿਹੜੀ ਹੈ ਹਰ ਵਾਰ ਹੁੰਦੀ ਹੈ ਉਹ ਕਾਮਯਾਬ ਕਿਉਂ ਨਹੀਂ ਹੋ ਪਾਉਂਦੀ? ਮੈਂ ਇਹ ਮੰਨਦਾ ਕਿ ਮਲਟੀਪਲੈਕਸਿਸ ਦੇ ਆਉਣ ਨਾਲ ਉਹ ਜਿਹੜੀ ਆਡੀਅੰਸ ਸੀ ਨਾ 20%, ਉਹ ਰਜਿਸਟਰ ਹੋਣ ਲੱਗ ਪਈ ਹੈ। ਤੁਸੀਂ ਪਿਛਲੇ 10 ਸਾਲਾਂ ਦੀ ਫਿਲਮਾਂ 'ਤੇ ਝਾਤ ਮਾਰੋ, ਜਿਹੜੀਆਂ ਫਿਲਮਾਂ ਵਿਦਾਊਟ ਸਟਾਰਸ ਕੰਟੈਂਟ ਬੇਸਡ ਸੀਗੀਆਂ, ਮਾਊਥ ਪਬਲਿਸਿਟੀ 'ਤੇ ਚੱਲੀਆਂ, ਚਾਹੇ ਵੈਡਨਸਡੇ ਹੋਵੇ, ਚਾਹੇ ਉਹ ਭੇਜਾ ਫਰਾਈ ਹੋਵੇ, ਜਿਹੜੀਆਂ ਲਿਮਿਟਿਡ ਬਜਟ ਦੇ ਵਿੱਚ ਬਣੀਆਂ, ਹੋਰ ਬਹੁਤ ਸਾਰੀਆਂ ਇੱਦਾਂ ਦੀਆਂ ਫਿਲਮਾਂ 'ਤੇ ਮਤਲਬ ਉਹ ਡੈਫੀਨੇਟਲੀ ਚੱਲੀਆਂ। ਰਾਜੀਵ ਜੀ, ਜਿਵੇਂ ਇਸ ਫਿਲਮ ਦੀ ਜੇ ਜਰਨੀ ਵੇਖੀ ਜਾਏ, ਜਦੋਂ ਇਹਦਾ ਟੋਰੋਂਟੋ ਫਿਲਮ ਫੈਸਟੀਵਲ ਦੇ ਵਿੱਚ ਇਹਦਾ ਟ੍ਰੇਲਰ ਜਿਹੜਾ ਦਿਖਾਇਆ ਗਿਆ, ਫਿਲਮ ਦਿਖਾਇਆ ਗਿਆ, ਐਪਰੀਸ਼ੀਏਟ ਉੱਥੇ ਹੋਈ, ਉੱਥੋਂ ਤੋਂ ਇੱਥੋਂ ਤੱਕ ਪਹੁੰਚਣ ਵਾਸਤੇ ਕੀ ਤੁਹਾਨੂੰ ਲੱਗਦਾ ਕਿ ਕਿਹੜੀ ਕਿਹੜੀ ਔਂਕੜਾਂ ਰਹੀਆਂ, ਉਹ ਅਸੀਂ ਸਾਫ਼ ਤੌਰ 'ਤੇ ਤਾਂ ਕਿ ਹੋ ਸਕਦਾ ਇਹਦੇ ਥਰੂ ਉਹ ਮੈਸੇਜ ਵੀ ਜਾਏ ਕਿ ਅਜਿਹਾ ਜੇ ਸਬਜੈਕਟ ਕੰਟੈਂਟ ਜਿਹੜਾ ਉਹ ਜੇ ਵਧੀਆ ਬਣਦਾ, ਕੀ ਪ੍ਰੋਬਲਮਸ ਆ ਰਹੀਆਂ ਨੇ ਕਿ ਉਹ ਸਾਹਮਣੇ ਤੱਕ ਪਹੁੰਚਣ 'ਚ ਉਹਨੂੰ ਇੰਨਾ ਵਕਫਾ ਲੱਗ ਜਾਂਦਾ? ਜੀ, ਬਹੁਤ ਹੀ ਅੱਛਾ ਸਵਾਲ ਤੁਸੀਂ ਪੁੱਛਿਆ। ਮੈਨੂੰ ਲੱਗਦਾ ਇਹ 'ਚ ਔਕੜਾਂ ਘੱਟ ਸੀਗੀਆਂ, ਸਾਡੇ ਜਿਹੜੇ ਪ੍ਰੋਡਿਊਸਰ ਨੇ ਉਹ ਫਸਟ ਟਾਈਮ ਪ੍ਰੋਡਿਊਸਰ ਨੇ, ਪਰ ਉਹ ਇੰਨੇ ਕਮਿਟਡ ਨੇ ਕੋਈ ਚੀਜ਼ ਵਧੀਆ ਪੇਸ਼ ਕਰਨ ਦੇ ਲਈ। ਉਹ ਕਹਿੰਦੇ ਜਦੋਂ ਤੱਕ ਮੈਂ ਸੈਟਿਸਫਾਈਡ ਨਹੀਂ ਹੈਗਾ ਆਪਣੀ ਫਿਲਮ ਤੋਂ, ਮੈਂ ਉਦੋਂ ਤੱਕ ਉਹਨੂੰ ਦਰਸ਼ਕਾਂ ਦੇ ਸਾਹਮਣੇ ਲੈ ਕੇ ਨਹੀਂ ਜਾਣਾ ਚਾਹੁੰਦਾ। ਤਾਂ ਜਿੱਦਾਂ ਸ਼ੁਰੂ 'ਚ ਜਿਹੜਾ ਸਾਡਾ ਮਿਊਜ਼ਿਕ ਸੀਗਾ ਉਹ ਬਹੁਤ ਘੱਟ ਸੀਗਾ ਫਿਲਮ ਦਾ ਪਾਰਟ, ਫਿਰ ਉਹਨਾਂ ਨੂੰ ਲੱਗਿਆ ਕਿ ਇਹ 'ਚ ਮਿਊਜ਼ਿਕ ਦੀਆਂ ਹੋਰ ਪੋਸੀਬਿਲਟੀਜ਼ ਹੈ। ਜਿੱਦਾਂ ਤੁਹਾਨੂੰ ਮਿਊਜ਼ਿਕ ਬਾਰੇ, ਜਿੱਦਾਂ ਹੁਣ ਮਤਲਬ ਹਿੰਦੀ ਫਿਲਮ ਇੰਡਸਟਰੀ ਦਾ ਹੂਜ਼ ਹੂ ਨਹੀਂ ਗਾਇਆ, ਜਿੱਦਾਂ ਰੇਖਾ ਭਾਰਦਵਾਜ ਜੀ, ਸੋਨਾ ਮਹਾਪਾਤਰਾ, ਨੀਤੀ ਮੋਹਨ, ਸ਼ਾਲਮਲੀ, ਹਾਰਡ ਕੌਰ, ਜਾਵੇਦ ਬਸ਼ੀਰ, ਸੁਨਿਧੀ ਚੌਹਾਨ, ਅਤੇ ਉਹ ਫਿਰ ਅਸੀਂ ਸਾਰਾ ਫਿਰ ਹੌਲੀ ਹੌਲੀ ਥੋੜ੍ਹਾ ਜਿਹਾ ਮਿਊਜ਼ਿਕ ਉਹਦੇ ਵਿੱਚ ਐਡ ਕੀਤਾ। ਕਿਰਦਾਰ ਦੇ ਨਾਲ ਜਿਉਣਾ ਤੁਹਾਨੂੰ ਕੀ ਲੱਗਦਾ ਕਿ ਕਿੰਨਾ ਜ਼ਰੂਰੀ ਹੈ, ਤਾਂ ਕਿ ਉਮਰ ਦੇ ਉਸ ਪੜਾਵ ਨੂੰ ਵੀ ਸਮਝਿਆ ਜਾ ਸਕੇ ਅਤੇ ਉਹਦੀ ਡਿਲੀਵਰੀ ਜਿਹੜੀ ਉਹ ਵੀ ਕਿਤੇ ਨਾ ਕਿਤੇ ਸਮਝੀ ਜਾ ਸਕੇ? ਜੀ ਬਿਲਕੁਲ, ਬਿਕੋਜ਼ ਜਦੋਂ ਕੁੜੀ ਸਾਵੀ 18-19 ਸਾਲ ਦੀ ਹੈ ਤਾਂ ਉਹਦੀ ਆਵਾਜ਼, ਉਹਦੀ ਟੋਨ, ਇਹਦੇ ਲਈ ਡਬਿੰਗ 'ਚ ਬਹੁਤ ਵਰਕ ਕੀਤਾ ਗਿਆ। ਆਸ਼ੀਸ਼ ਸਰ ਦੀ ਮੈਂ ਹਮੇਸ਼ਾ ਥੈਂਕਫੁਲ ਰਹਿੰਦੀ ਹਾਂ ਕਿ ਇਹਨਾਂ ਦੇ ਵਾਈਫ, ਉਹਨਾਂ ਨੇ ਬਹੁਤ ਬਹੁਤ ਮਿਹਨਤ ਕੀਤੀ। ਅਤੇ ਰਾਜੀਵ ਸਰ, ਭਾਨੂ ਜੀ ਸਰ ਨੇ ਕਿਹਾ ਕਿ ਤੁਸੀਂ ਡਬਿੰਗ ਦੁਬਾਰਾ ਕਰੋ। ਤੁਸੀਂ ਸੋਚੋਗੇ ਇੱਕ ਡਬਿੰਗ ਪੂਰੀ ਫਿਲਮ ਦੀ ਮੈਂ ਕਰ ਲਈ, ਉਸ ਤੋਂ ਬਾਅਦ ਉਹ ਦੁਬਾਰਾ ਡਬ ਕੀਤੀ ਗਈ, ਉਹਦੇ ਵਿੱਚ ਸਾਰੀ ਨਹੀਂ ਬਟ ਜਿੱਥੇ ਜਿੱਥੇ ਕਮੀਆਂ ਲੱਗੀਆਂ ਉਹਨਾਂ ਕਿ ਚੇਂਜ ਕਰੋ।
ਸੋ ਉਹਦੀ ਮੈਮ ਨੇ ਮੈਨੂੰ ਇਹ ਗੱਲ ਕਹੀ ਸੀ, ਕਹਿੰਦੇ ਬੇਟਾ ਤੂੰ ਚੁਲਬੁਲੀ ਸੀ ਹੈ 18-19 ਸਾਲ ਕੇ, ਤੂੰ ਵੈਸੇ ਮੈਂ ਬਾਤ ਕਰ ਤੀਖਾ ਤੀਖਾ, ਫਿਰ ਚੱਲ ਅਬ ਤੂੰ 35 ਕੀ ਹੋ ਰਹੀ ਹੈ ਤਾਂ ਤੇਰੀ ਆਵਾਜ਼ ਥੋੜ੍ਹੀ ਡਾਊਨ ਹੋਣੀ ਚਾਹੀਏ. ਸੋ ਉਹ ਚੀਜ਼ਾਂ 'ਤੇ ਵਰਕ ਕਰਨ ਦਾ ਇੰਨਾ ਫਾਇਦਾ ਹੋਇਆ ਕਿ ਟ੍ਰੇਲਰ ਦੇ ਵਿੱਚ ਵੀ ਮੈਂ ਹੁਣ ਐਕਚੁਅਲੀ ਟ੍ਰੇਲਰ ਦੇਖਿਆ, ਸੋ ਮੈਨੂੰ ਫੀਲ ਹੋਇਆ ਕਿ ਡਬਿੰਗ ਕਿੰਨਾ ਵੱਡਾ ਹੱਥ ਰੋਲ ਪਲੇ ਕਰਦੀ ਹੈ ਇੱਕ ਕਿਰਦਾਰ ਦੇ ਵਿੱਚ. ਅਤੇ ਕਿਰਦਾਰ ਨੂੰ ਭਾਅ ਜੀ ਸਟੱਡੀ ਕਰਨ ਦੇ ਦੌਰਾਨ ਜਦ ਕਿਰਦਾਰ ਕੋਈ ਸਪੈਸੀਫਿਕਲੀ ਜਦ ਇੱਕ ਕਮਿਊਨਿਟੀ ਨਾਲ ਰਿਲੇਟਡ ਰਹਿੰਦਾ, ਇੱਕ ਡਰ ਵੀ ਰਹਿੰਦਾ ਕਿ ਯਾਰ ਕੋਈ ਅਜਿਹੀ ਗੱਲ ਨਾ ਬਾਹਰ ਆ ਜਾਏ ਕਿ ਕਿਸੇ ਨੂੰ ਇਤਰਾਜ਼ ਹੋ ਜਾਏ, ਅਤੇ ਉਹ ਕਿਹੜੀ ਕਿਹੜੀ ਬਾਰੀਕੀਆਂ ਦਾ ਧਿਆਨ ਤੁਸੀਂ ਆਪਣੇ ਕਿਰਦਾਰ ਦੇ ਮੁਤਲਕ ਰੱਖਿਆ? ਖਾਸ ਤੌਰ 'ਤੇ ਤਾਂ ਬੋਡੀ ਲੈਂਗੁਏਜ ਸੀ. ਵੈਸੇ ਜਿਹੜੇ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਕਿ ਕੁਛ ਇੱਦਾਂ ਦਾ ਉਹਨੂੰ ਗਲਤ ਤਰੀਕੇ ਨਾਲ ਅਸੀਂ ਨਾ ਪੇਸ਼ ਕਰ ਸਕੀਏ, ਅਤੇ ਰਾਜੀਵ ਜੀ ਨੇ ਇਹਦਾ ਬੜਾ ਧਿਆਨ ਰੱਖਿਆ, ਅਤੇ ਕੁਛ ਖਾਸ ਔਥੈਂਟਿਕ ਉਸੇ ਕਮਿਊਨਿਟੀ ਦੇ ਬੰਦੇ ਅਸੀਂ ਥਰੂ ਆਊਟ ਆਪਣੀ ਸ਼ੂਟ ਦੇ ਵਿੱਚ ਨਾਲ ਰੱਖੇ ਹੈ ਕਿ ਕਿਤੇ ਕਿਸੇ ਨੂੰ ਕੁਛ ਅਖਰੇ ਤਾਂ, ਕਿਉਂਕਿ ਅਸੀਂ ਜਿਹੜੀ ਗੱਲ ਕਰਨ ਜਾ ਰਹੇ ਹਾਂ ਉਹਦੇ ਤੋਂ ਫੋਕਸ ਹਟ ਕੇ ਕਿਸੇ ਹੋਰ ਚੀਜ਼ 'ਤੇ ਹੋ ਜਾਏ ਅਸੀਂ ਨਹੀਂ ਸੀ ਚਾਹੁੰਦੇ. ਸੋ ਉਹ ਥਰੂ ਆਊਟ ਸਾਨੂੰ ਗਾਈਡ ਕਰਨ ਨੂੰ ਸੀਗੇ. ਅਤੇ ਸੈੱਟ ਦੇ ਦੌਰਾਨ ਹੁਣ ਤਾਂ ਟਾਈਮ ਹੋ ਗਿਆ ਇਹਨੂੰ ਸ਼ੂਟ ਹੋਏ, ਕੋਈ ਇੰਸੀਡੈਂਟ ਯਾਦ ਹੈ ਕਿ ਕੌਣ ਸਭ ਤੋਂ ਜ਼ਿਆਦਾ ਵਿਟੀ ਰਿਹਾ ਤੁਹਾਡੇ ਸਾਰਿਆਂ ਜੋ ਇੰਨੇ ਸੀਨੀਅਰ ਕਲਾਕਾਰ ਵੀ ਨਾਲ ਕੰਮ ਕਰ ਰਹੇ? ਮੈਨੂੰ ਸਭ ਤੋਂ ਜ਼ਿਆਦਾ ਪੈਂਪਰਡ ਮੈਨੂੰ ਲੱਗਦਾ ਕਿ ਜਸਵਿੰਦਰ ਨੇ, ਸਾਡੀ ਬੱਚੀ ਹੈ, ਬੱਚਿਆਂ ਨੂੰ ਟ੍ਰੀਟ ਕਰਦੇ. ਇਹਨੇ ਆਪਣੀ ਪੈਰ ਵੀ ਇੰਜਰਡ ਕੀਤਾ ਸੀ ਉਦੋਂ, ਅਸੀਂ ਸਾਰਿਆਂ ਨੇ ਇਹਨੂੰ ਡਾਂਟਿਆ ਸੀ. ਮੈਂ ਝੂਲੇ ਲੈ ਰਹੀ ਸੀ, ਮੈਂ ਝੂਲੇ ਤੋਂ ਜੰਪ ਕਰਦਾ, ਝੂਲਾ ਗੋਲ ਗੋਲ ਸੀ, ਘੁੰਮ ਰਿਹਾ ਸੀ, ਹੱਥ ਮੇਰੇ ਉੱਥੇ ਰਹਿ ਗਏ ਅਤੇ ਮੇਰੇ ਪੈਰ ਦੇ ਵਿੱਚ ਬਹੁਤ ਜ਼ਿਆਦਾ ਫ੍ਰੈਕਚਰ ਹੋ ਗਿਆ ਮੇਰਾ ਪੈਰ, ਅਤੇ ਬਹੁਤ ਜ਼ਿਆਦਾ ਵਿਦ ਇਨ ਐਨ ਆਰ ਇੰਨਾ ਮੋਟਾ ਹੋ ਗਿਆ ਸੀ. ਤਾਂ ਮੈਨੂੰ ਪਤਾ ਸੀ ਅਗਲੇ ਦਿਨ ਸ਼ੂਟ ਹੈ, ਸੋ ਇਹਦੇ ਲਈ ਮੈਂ ਥੈਂਕ ਯੂ ਰਾਜੀਵ ਸਰ ਨੂੰ ਕਹਾਂਗੀ ਕਿ ਮੈਂ ਕਹਿ ਰਹੀ ਸੀ ਸਰ, ਮੈਂ ਮਤਲਬ ਡਰ ਕੇ ਕਹਿ ਰਹੀ ਸੀ, ਮੇਰਾ ਦਿਲ ਨਹੀਂ ਕਰ ਰਿਹਾ ਸੀ ਮੈਂ ਪੈਰ ਹਿਲਾਵਾਂ. ਮੈਂ ਕਿਹਾ ਸਰ ਸ਼ੂਟ ਕਰੀਏ, ਕਹਿੰਦਾ ਮੈਨੂੰ ਪਤਾ ਅੱਜ ਕਰ ਲੈਣਾ ਫਿਰ 10 ਦਿਨ ਹੀ ਉੱਠਣਾ, ਤੂੰ 2 ਦਿਨ ਰੈਸਟ ਕਰ ਲੈ. ਮੇਰੇ ਕਰਕੇ ਸ਼ੂਟ ਸਾਰਾ ਬੰਦ ਹੋ ਗਿਆ, ਸੋ ਮੇਰੀ ਇੱਕ ਸ਼ਰਾਰਤ ਦੇ ਕਰਕੇ. ਇਸ ਸ਼ੂਟਿੰਗ ਦੀ ਖਾਸ ਗੱਲ ਇਹ ਸੀ ਕਿ ਦੇ ਵਰ ਨੋ ਵੈਨਿਟੀ ਵੈਨਸ, ਅਤੇ ਉਹ ਮਤਲਬ ਦੈਟ ਵਾਜ਼ ਅ ਬਲੈਸਿੰਗ ਇਨ ਡਿਸਗਾਈਜ਼. ਮਤਲਬ ਇੰਨਾ ਵਧੀਆ ਲੱਗਾ ਨਾ, ਮਤਲਬ ਹੁਣ ਇੰਨਾ ਸਾਰਾ ਸਿਸਟਮ ਨਾ ਅਸੀਂ ਯੂਜ਼ ਟੂ ਹੋ ਗਏ, ਆਪਣਾ ਸ਼ਾਟ ਦਿੱਤਾ, ਐਕਟਰ ਆਪਣੀ ਵੈਨਿਟੀ 'ਚ ਚਲਾ ਗਿਆ, ਵੈਨਿਟੀ 'ਚ ਚਲਾ ਗਿਆ. ਉਹ ਜਿਹੜਾ ਅਸੀਂ ਇਕੱਠੇ ਬੈਠੇ, ਇੰਨੀ ਬੌਂਡਿੰਗ ਹੋਈ ਭਾਅ ਜੀ, ਆਪਾਂ ਕਿੰਨੀ ਅੰਤਾਕਸ਼ਰੀ ਖੇਡੀ, ਕਿੰਨੇ ਖੱਪ ਪਾਈ, ਕਿੰਨਾ ਮਜ਼ਾ ਆਇਆ. ਮਤਲਬ ਦੈਟ ਵਾਜ਼ ਬਿਊਟੀਫੁਲ. ਇਹ ਭਾਈ ਗਾਉਂਦਾ ਬਾਤ ਉਹਦੀ, ਮੈਂ ਕਿਹਾ ਚਲੋ ਗਾਣੇ ਗਾਣੇ ਚੱਲ ਰਹੇ ਆ, ਮਸਤੀ ਹੋ ਰਹੀ ਹੈ, ਬਹੁਤ ਮਜ਼ਾ. ਬੌਂਡਿੰਗ ਜਿਹੜੀ ਨਾ ਆਰਟਿਸਟ ਦੀ, ਉਹ ਮੈਨੂੰ ਲੱਗਦਾ ਅਸੀਂ ਚਾਹਾਂਗੇ ਕਿ ਸਾਡੀ ਜਿਹੜੀ ਆਡੀਅੰਸ ਹੈ ਉਹ ਵੀ ਇਸ ਨੂੰ ਇੰਜੋਏ ਕਰੇ. ਉਹ ਕਿਹੜੇ ਗੀਤ ਜਿਹੜੇ ਸੀ ਉੱਥੇ, ਉੱਥੋਂ ਦੀ ਵਾਦੀਆਂ ਜਿਹੜੇ, ਉਹਦੀ ਖੁਸ਼ਬੂ ਇੱਥੋਂ ਤੱਕ ਵੀ ਪਹੁੰਚ ਸਕੇ? ਰਫੀ ਸਾਹਿਬ ਦੇ ਗੀਤ ਵਾਦੀਆਂ ਵਾਲੇ ਦੱਸੋ. ਕੋਈ ਬਹੁਤ ਸਾਰੇ ਗੀਤ ਸੀਗੇ, ਮੈਂ 2 ਲਾਈਨਾਂ ਕਿਸੇ ਦਿਨ ਸੁਣਾ ਦਿੰਦਾ. ਮੈਂ ਤੇਰਾ ਦੀਵਾਨਾ ਬਣੂੰਗਾ, ਰਾਨੀ ਤੂੰ ਮੇਰੀ ਦੀਵਾਨੀ ਬਣੇਗੀ, ਇੱਕ ਨਾ ਇੱਕ ਦਿਨ ਇਹ ਕਹਾਣੀ ਬਣੇਗੀ, ਤੂੰ ਮੇਰੇ ਸੁਪਨੋ ਕੀ ਰਾਨੀ ਬਣੇਗੀ. ਅਜੇ ਫਿਲਮ 'ਚ ਮੇਰਾ ਸੁਪਨਾ ਹੀ ਰਹਿ ਜਾਂਦਾ. ਚਲੋ, ਇਹ ਜਿਹੜੀ ਅਨੋਖੀ ਇੱਕ ਦੁਲਹਨ ਦੀ ਕਹਾਣੀ ਜਿਹੜੀ ਹੈ ਉਹ ਸਾਵੀ ਦੇ ਜ਼ਰੀਏ ਪੇਸ਼ ਕੀਤੀ ਜਾ ਰਹੀ ਹੈ. ਉਹ ਸਾਵੀ ਨਾ ਸਿਰਫ ਦਿਲਾਂ ਨੂੰ ਛੂਹੇ ਬਲਕਿ ਲੋਕਾਂ ਤੱਕ ਜੋ ਮੈਸੇਜ ਪਹੁੰਚਾਉਣਾ ਚਾਹੁੰਦੀ ਉਹ ਵੀ ਜ਼ਰੂਰ ਪਹੁੰਚਾ ਸਕੇ. ਥੈਂਕ ਯੂ ਵੈਰੀ ਮਚ ਸਰ. ਥੈਂਕ ਯੂ.